ਬੀਤੇ ਦਿਨ ਪੰਜਾਬ ਦੇ ਵੱਖ-ਵੱਖ ਹਿੱਸਿਆਂ ਵਿੱਚ ਆਏ ਹਨੇਰੀ ਝੱਖੜ ਅਤੇ ਤੂਫਾਨ ਕਾਰਨ ਵੱਡੇ ਪੱਧਰ ਤੇ ਤਬਾਹੀ ਹੋਈ ਜਿਸ ਦੇ ਚੱਲਦਿਆਂ ਕਈ ਥਾਈਂ ਬਿਜਲੀ ਦੀਆਂ ਤਾਰਾਂ ਤੇ ਦਰਖਤ ਉਖੜ ਗਏ ਬੀਤੀ ਰਾਤ ਪਟਿਆਲਾ ਜ਼ਿਲ੍ਹੇ ਦੇ ਦੋ ਵੱਖ-ਵੱਖ ਥਾਈਂ ਹਨੇਰੀ ਝੱਖੜ ਨੇ 7 ਵਿਅਕਤੀਆਂ ਦੀਆਂ ਜਾਨਾਂ ਵੀ ਲਈਆਂ ਪਟਿਆਲਾ ਨੇੜਲੇ ਪਿੰਡ ਸੈਦ ਖੇੜੀ ਵਿਖੇ ਝੁੱਗੀ ਵਿੱਚ ਰਹਿ ਰਹੇ ਪਰਿਵਾਰ ਪਰਵਾਸੀ ਪਰਿਵਾਰ ਦੇ 4 ਜੀਆਂ ਦੀ ਕੰਧ ਡਿਗਣ ਮਗਰੋਂ ਉਸੇ ਠਾਂ ਦੱਬ ਕੇ ਮੌਤ ਹੋ ਗਈ। ਮ੍ਰਿਤਕਾਂ ਵਿੱਚ 2 ਬੱਚੇ ਤੇ ਉਹਨਾਂ ਦੇ ਮਾਤਾ-ਪਿਤਾ ਸ਼ਾਮਲ ਨੇ। ਇਸੇ ਤਰ੍ਹਾਂ ਪਟਿਆਲਾ ਰਾਜਪੁਰਾ ਸੜਕ ਤੇ ਪਿੰਡ ਗੰਡਾ ਖੇੜੀ ਵਿਖੇ ਖੇਤਾਂ ਵਿੱਚ ਮੋਟਰ ਵਾਲਾ ਕੋਠਾ ਡਿਗਣ ਕਾਰਨ ਕਿਸਾਨ ਦੀ ਮੌਤ ਹੋ ਗਈ। ਰਾਜਪੁਰਾ ਵਿੱਚ ਹੀ ਹਨੇਰੀ ਝੱਖੜ ਤੋਂ ਬਚਣ ਲਈ ਕੰਟੇਨਰ ਦੀ ਓਟ ਵਿੱਚ ਖੜਾ ਇੱਕ ਵਿਅਕਤੀ ਕੰਟੇਨਰ ਪਲਟ ਜਾਣ ਕਾਰਨ ਮਾਰਿਆ ਗਿਆ। ਪਟਿਆਲਾ ਦੇ ਸਨੌਰ ਵਿਖੇ ਵੀ ਬੋਸਰ ਰੋਡ ਤੇ ਇੱਕ ਕੰਧ ਡਿਗਣ ਕਾਰਨ ਉਸ ਹਟਾ ਕੇ ਇੱਕ ਪ੍ਰਵਾਸੀ ਮਜ਼ਦੂਰ ਦੀ ਮੌਤ ਹੋ ਗਈ। ਤੂਫਾਨ ਨਾਲ ਪਟਿਆਲਾ ਜ਼ਿਲ੍ਹੇ ਦੇ ਥਾ ਥਾਮਾਂ ਤੇ ਬਿਜਲੀ ਗੁੱਲ ਹੋ ਗਈ ਅਤੇ ਕਈ ਥਾਮਾਂ ਤੇ ਬਿਜਲੀ ਦੇ ਟਰਾਂਸਫਾਰਮਰ ਖੰਬੇ ਅਤੇ ਵੱਡੇ ਵੱਡੇ ਦਰਖਤ ਟੁੱਟ ਗਏ ਜਦਕਿ ਕੁਝ ਥਾਮਾਂ ਤੇ ਦੁਕਾਨਦਾਰਾਂ ਦੇ ਬੋਰਡ ਬਿਜਲੀ ਦੇ ਖੰਬੇ ਅਤੇ ਤਾਰਾਂ ਤੋਂ ਇਲਾਵਾ ਕੁਝ ਘਰਾਂ ਦੀਆਂ ਛੱਤਾਂ ਵੀ ਉੱਡ ਗਈਆਂ